वेलकम गाइस, ते कैसे हो सारे? उम्मीद करने सारे ठीक होवो। ते मैं शानी बड़ाई, तुसी वेंदे पे यूट्यूब चैनल विद शानी व्लॉग। आज ही त्रीजा चौथा, आज ना जी दूजा रमजान है। त्रीजा चौथा आ गया, मुंह जो निकल गया। आज दूजा रमजान है ते उत्तों बारिश दा मौसम बनिया। चेक करो, बड़ा सोहना। अगे थोड़ी बारी कणियां भी डिगियां, लेकिन फिर सोक हो गई है। ते माशाल्लाह रोदे बड़े ठंडे दिन, इंशाल्लाह रोदे ऐतकी सारे रखांगे। अल्लाह दे हुक्म नाल, या अल्लाह सानूं तौफीक दे सारिआं नूं, सारे रोदे रखण सारे। या अल्लाह जिन्हें भटके ने इन्हां सारिआं नूं सीधी राह चला। ते जी आ जाओ साढ़े नाल नाल, अज दा रोदा इंजॉय करने आ। अज दूजा रोदा मेरा भी, तुहाडा भी होणा इंशाल्लाह। तुहाडा भी होवे दूजा ही रोदा। ते ऐ कोई ट्रैक्टर खलोते आ, 640 साहब परंदवांग साहब खलोते ने। ते जी है जी, ते जे पट्ठे ले आने होए, बंद लैन दे ने पट्ठे जे ले आने होंदे, फिर तुहानू उत्थे जाके वहां दे। ते फिर मिलने होने दरेक नू, उस टाइम तक लाफिज बाय। ते अज कुछ मैं किधरे भी नहीं गया, अज घर उठे हूँ। तकरीबन टाइम हो चला 11 का, ते हूँ ही मैं घरों आया। ते पापा हारे पट्ठे पुट्ठे लै आए ने, ते पानी बटाउंदे ने। फिर हुणे दरे नू काम कीता, ते फिर तुहाडे नाल मिलने आ। चेक करो कोई डेरे दा माहौल शोल इतलू वेखो तुसी जी। गाइस ते जी जोहर दी नमाज पढ़ी है, उस तो बाद डेरे वाल आ गया। ते डेरे वाल ए सोचा तू आया, मैं तुहानू इक होर शह विखाउणी सी। नाले कि ना इहदा तुसीं सोचदे हो वधिया, हर एक वीडियो सानूं स्कूटर विखांदा, कि स्कूटर नहीं सवाया। स्कूटर ना विखाने रीज़न आई है कि बदल वसे आ, नाले रोदा रखिया हुंदा, चलाने दिल ही नहीं करदा। ते टुर फिर भी अगां पिछां हो के कदी गुड्डा चाड़ लिया, कदी कोई काम कर लिया, इसे तरह लंघाई दा नमाज शमाज पढ़ ली। ते एक होर सी, एक होर केड़ी सी गल, ट्रैक्टर ते गाइस, ट्रैक्टर ते ना डैक लाना सी। डैक मैं तुहानू एक मिनट, मैं तुहानू हावां डैक दा स्टैंड भी इत्थे पे होना, जे पे आया तो इत्थे ही होना। किरे डिग्गा लगा था। ऐ गाइस डैक दा स्टैंड एक है सिंगल, एक है जिहदे उत्ते लाई दा, ते एक है। ते गाय दे ਇਹ ਡੰਡੇ ਲੱਗਦੇ ਕਿੱਥੇ ਨੇ, ਵੀ ਮਤਲਬ ਥਾਂ ਹਨ ਇਹ। ਇਹ ਕਾਬਲੇ ਵੀ ਵਹਿੰਦੇ ਹੋ ਤੂੰ? ਇਹ ਕਾਬਲੇ ਜਾਂ ਇੱਥੇ ਲਵਾ ਦੇ ਜਾਂ ਇੱਥੇ ਲਵਾ ਦੇ। ਮੇਰਾ ਜਿਸ ਪਹਿਲਾਂ ਜਿੱਥੇ ਲੱਗਿਆ ਸੀ ਨਾ, ਉਹ ਸੀ ਸਿੰਗਲ ਸਪੀਕਰ। ਉਹ ਸੀ ਛੱਤ ਦੇ ਡੰਡੇ, ਅਤੇ ਦੋ ਡੰਡੇ ਸਨ। ਅਤੇ ਉਹ ਪਤਾ ਕੀ ਹੋਇਆ ਸੀ, ਮੈਂ ਤੁਹਾਨੂੰ ਦੱਸਣਾ। ਖਲੋ ਜਾਓ, ਲੱਗੇ ਦੋ ਹੀ ਸਨ, ਇੱਕ ਰਹਿ ਇੱਕ ਗਿਆ ਸੀ। ਇੱਕ ਕਿਸ ਤਰ੍ਹਾਂ ਰਹਿ ਗਿਆ ਸੀ? ਇੱਕ ਰਹਿਣ ਦੀ ਰੀਜ਼ਨ ਸਾਰੀ ਸੀ, ਇੱਕ ਹੈ ਪੱਠੇ ਨੂੰ ਵਹਾਉਣ ਵੀ ਨਹੀਂ ਪਿਆਉਂਦਾ, ਕੈਮਰਾ ਫੋਕਸ ਨਹੀਂ ਪਿਆ ਕਰਦਾ, ਕੈਮਰਾ ਗੰਦਾ ਹੋਇਆ, ਮੈਂ ਸਾਫ਼ ਕਰਨਾ। ਭੈਣ ਮਾਰੂ ਲੋਲ, ਕੈਮਰਾ ਗੰਦਾ ਹੋਇਆ। ਵਜ੍ਹਾ ਸਾਰੀ ਹੈ ਕਿ ਇੱਥੇ ਛੱਤ ਦੇ ਡੰਡੇ ਹੁੰਦੇ ਨੇ, ਛੱਤ ਇਹਦਾ ਲਾਹ ਕੇ ਰੱਖਿਆ ਸੀ ਸਰਦੀਆਂ ਦੀ ਵਜ੍ਹਾ ਤੋਂ। ਅਤੇ ਉਹ ਜਿਹੜਾ ਡੰਡਾ ਸੀ ਨਾ, ਇੱਕ ਹੋ ਗਿਆ ਸੀ ਡਿੰਗਾ, ਅਤੇ ਇੱਕ ਡੰਡਾ ਡਿੱਗ ਪਿਆ ਸੀ। ਹੁਣ ਮੇਰੀ ਸਲਾਹ ਛੱਤ ਰਹਿਣ ਦਿੰਦੇ ਹਾਂ, ਅਤੇ ਨੀਰੇ ਡੰਡੇ ਲਾ ਕੇ ਦਊ, ਸਾਡਾ ਸਟੈਂਡ ਬਣਵਾ ਕੇ ਨਾ ਡੈਕ ਲਵਾਉਂਦੇ ਹਾਂ, ਕਿਉਂਕਿ ਆਹੀ ਡੰਡਾ ਟੁੱਟ, ਅਤੇ ਦੋ ਡੰਡੇ ਹੁਣ ਸਿਰਫ ਬੱਚੇ ਨੇ, ਚਾਰ ਡੰਡੇ ਹੁੰਦੇ ਟੋਟਲ। ਹੁਣ ਇੱਕ ਇੱਕ ਦੋਵਾਂ ਸਾਡਾ ਲਾਉਂਦੇ ਹਾਂ ਨਹੀਂ, ਅਤੇ ਅੱਗੇ ਦੋ ਦੋ ਲੱਗੇ ਸਨ। ਅਤੇ ਇੱਥੇ ਲਾਉਂਦੇ ਹਾਂ, ਅਤੇ ਲਾ ਕੇ ਫਿਰ ਵਹਿੰਦੇ ਹਾਂ। ਅਤੇ ਆਈਏ ਤਾਂ ਨਹੀਂ ਤਕਰੀਬਨ, ਕੀ ਪਤਾ ਰੋਦਿਆਂ ਤੋਂ ਬਾਅਦ ਹੋਏ, ਤਾਂ ਕੀ ਪਤਾ ਰੋਦਿਆਂ ਦੇ ਵਿੱਚ। ਮੈਂ ਤੁਹਾਨੂੰ ਡੈਕ ਵੀ ਮਹਾਨਾ, ਅੱਗੇ ਡੈਕ ਸੀ, ਅਤੇ ਤਕਰੀਬਨ ਫੁੱਟ ਬਾਈ ਫੁੱਟ ਦਾ ਡੈਕ ਸੀ, ਅਤੇ ਦੋ ਸਨ ਲੱਗੇ ਸਪੀਕਰ ਵਿੱਚ। ਉਹ ਜੂੰ ਹੀ ਤੂੰ ਤੜਿਆ ਨਾ, ਡੈਕ ਟੁੱਟ ਗਿਆ। ਫਿਰ ਮੈਂ ਉਹਦੀ ਨਵੀਂ ਪੇਟੀ ਬਣਵਾਈ, ਥੋੜ੍ਹੀ ਸਾਰੀ ਬੱਚਤ ਕਰਕੇ, ਬੱਚਤ ਕਰਕੇ ਜਦੋਂ ਮੈਂ ਪੇਟੀ ਬਣਵਾਈ, ਪੇਟੀ ਮੈਂ ਬਣਵਾ ਲਈ 6 ਇੰਚ ਦੀ, 8 ਜਿੰਨੀ ਚੌੜੀ, ਅਤੇ ਤਕਰੀਬਨ ਅਰਕ ਜਿੰਨੀ ਲੰਮੀ, ਫੁੱਟ ਦੀ ਫੁੱਟ ਲੰਮੀ, ਅਤੇ ਅਰਕ ਜੀ 8 ਇੰਚ ਚੌੜੀ ਲੰਮੀ, ਅਤੇ ਉਤਲੇ ਪਾਸਿਓਂ ਚੌੜੀ ਜਿਹੜੀ ਉਹ ਮੈਂ ਬਣਵਾ ਲਈ 1 ਹੱਥ ਦੀ। ਉਹਦੇ ਵਿੱਚ ਰੀਜ਼ਨ ਪਤਾ ਕੀ ਸੀ, ਉਹ ਲਾਈਏ ਵੀ ਤਾਂ ਕੁਝ ਹੀ ਲੱਗਦੀ ਸੀ, ਇਸ ਵਜ੍ਹਾ ਤੋਂ ਲਾਈ ਨਹੀਂ। ਉਹ ਅੱਜ ਕੱਲ੍ਹ ਮੈਂ ਉਹਦਾ ਯੂਜ਼ ਪਤਾ ਕਿੱਥੇ ਲਿਆ,
ਉਹਦਾ ਮੈਂ ਯੂਜ਼ ਘਰ ਹੀ ਉੱਥੇ ਘਰ UPS ਵਾਲੀ ਜਿਹੜੀ ਬੈਟਰੀ ਹੈ ਨਾ ਉਹਦੇ 'ਤੇ ਲਾਇਆ ਹੁੰਦਾ ਅਤੇ ਇਹ ਹੀ ਜੀ ਕੋਈ ਜਿਹੜਾ ਤੁਹਾਨੂੰ ਦੱਸਣਾ ਸੀ ਅਤੇ ਘਰ ਜਾ ਕੇ ਤੁਹਾਨੂੰ ਮੈਂ ਡੈੱਕ ਵੀ ਵਿਖਾਉਣਾ ਚਲਵਾਓ ਤੁਹਾਨੂੰ ਮੈਂ ਜਾ ਕੇ ਡੈੱਕ ਵਿਖਾਵਾਂ ਅਤੇ ਇੱਥੇ ਨਾਲੇ ਟੇਪ ਦਾ ਸਟੈਂਡ ਹੁੰਦਾ ਅਤੇ ਇੱਥੇ ਕਰਕੇ ਟੇਪ ਮੈਂ ਅੱਗੇ ਡੈੱਕ ਦੇ ਉੱਤੇ ਲਾਈ ਹੁੰਦੀ ਸੀ ਅਤੇ ਡੈੱਕ ਦੇ ਉੱਤੇ ਜਦੋਂ ਬੱਦਲ ਵੱਸਦਾ ਸੀ ਕੋਈ ਦੋ ਤਿੰਨ ਟੇਪਾਂ ਮੈਂ ਸਾੜੀਆਂ ਵੀ ਨੇ ਹੁਣ ਮੈਂ ਟੇਪ ਆਉਂਦੀ ਹੈ ਵੱਡੀ ਅਤੇ ਉਹਦੇ ਵਾਸਤੇ ਮੈਂ ਪੇਟੀ ਵੀ ਬਣਵਾਈ ਹੈ ਪੇਟੀ ਹੁਣ ਲਵਾਉਣੀ ਹੈ ਅਤੇ ਚਲੋ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਂਦਾ ਅਤੇ ਨਾਲੇ ਟਰੈਕਟਰ ਵੀ ਵਾਹਵਾ ਗੰਦਾ ਗੁੰਦਾ ਹੋਇਆ ਇਹਨੂੰ ਵੀ ਧਵਾਉਣਾ ਕਿਸੇ ਵੇਲੇ ਰੋਜ਼ਿਆਂ ਤੋਂ ਬਾਅਦ ਹੀ ਹੁਣ ਸਾਰਾ ਕੰਮ ਹੋਵੇ ਤਾਂ ਰੋਜ਼ਿਆਂ 'ਚ ਨਹੀਂ ਹੁੰਦਾ ਅੱਜ ਹੁਣ ਮੈਂ ਤੁਹਾਨੂੰ ਜਾ ਕੇ ਡੈੱਕ ਵੀ ਵਿਖਾਉਂਦਾ ਹੋਰ ਗੱਲ ਤਾਂ ਜਿਹੜੀ ਹੈ ਨਾ ਪੇਟੀ ਉਹਦੇ 'ਤੇ ਲਾਉਣੀ ਉਹ ਛੋਟੀ ਹੈ ਅਤੇ ਦਬੰਗ ਦੇ ਇੱਕ ਪੇਟੀ ਲੱਗੀ ਉਹ ਮੈਂ ਤੁਹਾਨੂੰ ਵਿਖਾਉਂਦਾ ਵਾਂ ਚੈੱਕ ਕਰੋ ਕਿੱਡੀ ਪੇਟੀ ਲਾਈ ਹੈ ਦਬੰਗ ਦੇ ਅਗਲੇ ਪਾਸੇ ਵਿਖਾਉਂਦਾ ਇਹਦੇ ਵਿੱਚ ਐਂਪ ਲੱਗਿਆ ਇੱਕ ਹੁੰਦਾ ਸਬ ਵੂਫਰ ਇੱਕ ਹੁੰਦਾ ਐਂਪ ਸਬ ਵੂਫਰ ਦੇ ਉੱਤੇ ਜਾਲੀ ਹੁੰਦੀ ਹੈ ਐਂਪ ਦੇ ਉੱਤੇ ਜਾਲੀ ਨਹੀਂ ਹੁੰਦੀ ਚੈੱਕ ਕਰੋ ਇਹ ਵੱਡਾ ਹੁੰਦਾ ਇਹ ਤਕਰੀਬਨ ਆਇਆ ਸੀ ਉਸ ਟਾਈਮ 27-28 ਹਜ਼ਾਰ ਦੇ ਨਾਲ ਘਰ ਘਰ ਆ ਗਿਆ ਡੈੱਕ ਮੇਰੇ ਅੱਗੇ ਪਏ ਆ ਸਾਹਮਣੇ ਮੈਂ ਤੁਹਾਨੂੰ ਵਿਖਾਉਂਦਾ ਵਾਂ ਚੈੱਕ ਕਰੋ ਇਹ ਸਪੀਕਰ ਹੈ 8 ਇੰਚ ਦਾ ਇਹ ਆ ਗਿਆ ਪੂਰੋ ਪੂਰ ਇੱਥੋਂ ਲੈ ਕੇ ਇੱਥੇ ਤੱਕ ਸਪੀਕਰ ਆ ਗਿਆ ਟੋਟਲ ਉਸ ਬਾਅਦ ਸਾਨੂੰ 2 ਇਹ ਵੀ ਕੁਝ ਹੋ ਗਿਆ ਇੱਤਲ ਵੀ ਸੀ ਇਹ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਆ ਵੱਡੀ ਟੇਪ ਲਾਈ ਇਹ ਵਜ੍ਹਾ ਸਾਰੀ ਕੀ ਹੈ ਜਿਹੜੀ ਵਜ੍ਹਾ ਤੂੰ ਟਰੈਕਟਰ 'ਤੇ ਨਹੀਂ ਚਲਾਉਂਦੇ ਵਜ੍ਹਾ ਇਹ ਆ ਵੇਖੋ ਹੱਥ ਨਾਲ ਵੀ ਥੋੜ੍ਹੀ ਮੈਂ ਤੁਹਾਨੂੰ ਹੱਥ ਪੈ ਦੱਸਦਾ ਹੱਥ ਨਾਲ ਵੀ ਥੋੜ੍ਹੀ ਸਪੀਕਰ ਹੁੰਦਾ ਤਕਰੀਬਨ ਜਿਨ੍ਹਾਂ ਨੂੰ ਪਤਾ ਨਾ ਸਪੀਕਰ ਦਾ ਇੰਨਾ ਇੰਨਾ ਇਹਦੇ ਪਿੱਛੇ ਇਹਦਾ ਮੈਗਨੇਟ ਹੁੰਦਾ ਇੱਥੇ ਇੱਥੇ ਤੱਕ ਉਹ ਮੈਗਨੇਟ ਲੱਗ ਗਿਆ ਨਾਲ ਵੇਖਿਆ ਗੈਪ ਵੀ ਹੈਗਾ ਸਹੀ ਬੈਠਿਆ ਵੀ ਨਹੀਂ ਉਹ ਮੈਗਨੇਟ ਲੱਗ ਗਿਆ ਨਾਲ ਪਿਛਲੀ ਸਾਈਡ ਦੇ ਜਿਹਦੀ ਵਜ੍ਹਾ ਤੋਂ ਇਹਦੀ ਆਵਾਜ਼ ਨਹੀਂ ਠੀਕ ਹੁੰਦੀ ਆਵਾਜ਼ ਫਸ ਕੇ ਹੁੰਦੀ ਹੈ ਨਾਲੇ ਇੱਕ ਹੋਰ ਵਜ੍ਹਾ ਇਹ ਡੈੱਕ ਹੋ ਗਿਆ ਲੀਕ ਇਹਦੇ ਵਿੱਚੋਂ ਆਪਣੇ ਆਵਾਜ਼ ਲੀਕ ਕਰ ਸਕਦਾ ਇਹ ਹੋ ਗਿਆ ਮਤਲਬ ਇਹ ਹੋ ਗਿਆ ਇਹ ਵੇਖੋ ਟੋਟਲ ਕੰਮ ਪਿਛਲੀ ਸਾਈਡ 'ਤੇ ਵੀ ਚੰਗੇ ਭਲੇ ਸਰਾਹ ਨੇ ਇਹ ਹੋ ਗਿਆ ਇਹ ਹੋ ਗਿਆ ਇਹ ਵੇਖੋ ਇਹ ਹੋ ਗਿਆ ਲੀਕ ਜਿਹਦੀ ਵਜ੍ਹਾ ਤੋਂ ਇਹ ਆਵਾਜ਼ ਨਹੀਂ ਠੀਕ ਕਰਦਾ ਹੁਣ ਡੈੱਕ ਬਣਵਾਉਣਾ ਇੱਥੋਂ ਲੈ ਕੇ ਤਕਰੀਬਨ ਇਹ ਇੱਥੋਂ ਲੈ ਕੇ ਨਾ ਇੱਥੇ ਤੱਕ ਇਹਦੀ ਬੈਕ ਸਾਈਡ ਹੋਵੇ ਇਹਦੀ ਪਿਛਾਂ 'ਤੇ ਉਸ ਤੋਂ ਬਾਅਦ ਇਹ ਸਾਈਡ ਇੰਨੀ ਇੰਨੀ ਉੱਚੀ ਹੋਵੇ ਇਹਦੀ